ਪਿਛਲੇ ਦਿਨਾਂ 'ਚ ਇੱਕ ਵਿਵਾਦਤ ਫਿਲਮ ਜਿਹੜੀ ਐਮਰਜੈਂਸੀ, ਜਿਸ ਦੇ ਜਿਹੜੇ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਵਿਵਾਦਤ ਸਿੱਖਾਂ ਨੂੰ ਬਦਨਾਮ ਕਰਨ ਲਈ, ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਦੇ ਬਾਰੇ 'ਚ ਜਿਵੇਂ ਬੇਲੋੜੇ ਜਿਹੜੇ ਸੀਨ ਦਰਸਾਏ ਗਏ ਸੀ, ਉਸ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ, ਸ਼੍ਰੀ ਅਕਾਲ ਤਖਤ ਸਾਹਿਬ ਬਹੁਤ ਵੱਡਾ ਗੰਭੀਰ ਨੋਟਿਸ ਲਿਆ ਸੀ ਅਤੇ ਉਸ ਦੇ ਖਿਲਾਫ ਹੋਰ ਵੀ ਬੜੀਆਂ ਜਿਹੜੀਆਂ ਸੰਸਥਾਵਾਂ ਨੇ ਜਿਹੜਾ ਵਿਰੋਧ ਕੀਤਾ ਸੀ। ਅਤੇ ਸਾਨੂੰ ਇਸ ਗੱਲ ਦਾ ਪੂਰਾ ਪਤਾ ਸੀ, ਅਸੀਂ ਦੱਸ ਵੀ ਦਿੱਤਾ ਸੀ ਕਿ ਹਰਿਆਣਾ ਦੀ ਇਲੈਕਸ਼ਨ ਤੋਂ ਤੁਰੰਤ ਬਾਅਦ ਕੰਗਨਾ ਦੀ ਉਸ ਫਿਲਮ ਨੂੰ ਸਰਕਾਰ ਵੱਲੋਂ ਜਿਹੜਾ ਕਿ ਸਰਟੀਫਿਕੇਟ ਦਿੱਤਾ ਜਾਊਗਾ। ਸੋ ਉਹ ਅੱਜ ਦਿੱਤਾ ਗਿਆ, ਸੋ ਉਹ ਜਿਹੜੀ ਫਿਲਮ ਹੈ ਉਹ ਜਿਹੜੀ ਲੱਗ ਰਹੀ ਆ। ਸੋ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਫਿਲਮ ਦੇ ਪੰਜਾਬ 'ਚ ਲੱਗਣ ਨਾਲ ਜਿਵੇਂ ਹਾਲਾਤਾਂ 'ਤੇ ਅਸਰ ਪਏਗਾ, ਕਿਉਂਕਿ ਜੋ ਕੁਛ ਦਿਖਾਈ ਦੇ ਰਿਹਾ, ਅਸੀਂ ਉਹਨਾਂ ਨੂੰ ਸਿਰਫ ਬੇਨਤੀ ਕਰਦੇ ਹਾਂ ਕਿ ਲਾਅ ਐਂਡ ਆਰਡਰ ਨੂੰ ਮੱਦੇਨਜ਼ਰ ਰੱਖਦੇ ਹਾਂ, ਇਸ ਫਿਲਮ ਨੂੰ ਹਾਲ ਦੀ ਘੜੀ ਰੋਕ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਅੰਦਰ ਆਵਾਮ ਦੇ ਮਨ 'ਚ ਇਸ ਫਿਲਮ ਦੇ ਲਈ ਬਹੁਤ ਜਿਵੇਂ ਰੋਸ ਵੀ ਆ। ਅਤੇ ਅਸੀਂ ਤਾਂ ਕੇਂਦਰ ਦੀ ਸਰਕਾਰ ਨੂੰ ਵੀ ਚਾਹਵਾਂਗੇ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਕੰਗਨਾ ਵੱਲੋਂ ਕੀਤੇ ਗਏ ਜਿਹੜੇ ਰੋਲ ਨੇ ਜਾਂ ਕੰਗਨਾ ਵੱਲੋਂ ਕੀਤੀ ਗਈ ਸ਼ਬਦਾਵਲੀ ਆ ਜਿਹਦੇ ਨਾਲ ਸਿੱਖਾਂ ਦੇ ਮਨ 'ਚ ਭਾਰੀ ਰੋਸ ਆ, ਉਸ ਦੀ ਪਿਛਲੇ ਦਿਨਾਂ 'ਚ ਇੱਕ ਵਿਵਾਦਤ ਫਿਲਮ ਜਿਹੜੀ ਐਮਰਜੈਂਸੀ, ਜਿਸ ਦੇ ਜਿਹੜੇ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਵਿਵਾਦਤ ਸਿੱਖਾਂ ਨੂੰ ਬਦਨਾਮ ਕਰਨ ਲਈ, ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਦੇ ਬਾਰੇ 'ਚ ਜਿਵੇਂ ਬੇਲੋੜੇ ਜਿਹੜੇ ਸੀਨ ਦਰਸਾਏ ਗਏ ਸੀ, ਉਸ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ, ਸ਼੍ਰੀ ਅਕਾਲ ਤਖਤ ਸਾਹਿਬ ਬਹੁਤ ਵੱਡਾ ਗੰਭੀਰ ਨੋਟਿਸ ਲਿਆ ਸੀ ਅਤੇ ਉਸ ਦੇ ਖਿਲਾਫ ਹੋਰ ਵੀ ਬੜੀਆਂ ਜਿਹੜੀਆਂ ਸੰਸਥਾਵਾਂ ਨੇ ਜਿਹੜਾ ਵਿਰੋਧ ਕੀਤਾ ਸੀ। ਅਤੇ ਸਾਨੂੰ ਇਸ ਗੱਲ ਦਾ ਪੂਰਾ ਪਤਾ ਸੀ, ਅਸੀਂ ਦੱਸ ਵੀ ਦਿੱਤਾ ਸੀ ਕਿ ਹਰਿਆਣਾ ਦੀ ਇਲੈਕਸ਼ਨ ਤੋਂ ਤੁਰੰਤ ਬਾਅਦ ਕੰਗਨਾ ਦੀ ਉਸ ਫਿਲਮ ਨੂੰ ਸਰਕਾਰ ਵੱਲੋਂ ਜਿਹੜਾ ਕਿ ਸਰਟੀਫਿਕੇਟ ਦਿੱਤਾ ਜਾਊਗਾ। ਸੋ ਉਹ ਅੱਜ ਦਿੱਤਾ ਗਿਆ, ਸੋ ਉਹ ਜਿਹੜੀ ਫਿਲਮ ਹੈ ਉਹ ਜਿਹੜੀ ਲੱਗ ਰਹੀ ਆ। ਸੋ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਫਿਲਮ ਦੇ ਪੰਜਾਬ 'ਚ ਲੱਗਣ ਨਾਲ ਜਿਵੇਂ ਹਾਲਾਤਾਂ 'ਤੇ ਅਸਰ ਪਏਗਾ, ਕਿਉਂਕਿ ਜੋ ਕੁਛ ਦਿਖਾਈ ਦੇ ਰਿਹਾ, ਅਸੀਂ ਉਹਨਾਂ ਨੂੰ ਸਿਰਫ ਬੇਨਤੀ ਕਰਦੇ ਹਾਂ ਕਿ ਲਾਅ ਐਂਡ ਆਰਡਰ ਨੂੰ ਮੱਦੇਨਜ਼ਰ ਰੱਖਦੇ ਹਾਂ, ਇਸ ਫਿਲਮ ਨੂੰ ਹਾਲ ਦੀ ਘੜੀ ਰੋਕ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਅੰਦਰ ਆਵਾਮ ਦੇ ਮਨ 'ਚ ਇਸ ਫਿਲਮ ਦੇ ਲਈ ਬਹੁਤ ਜਿਵੇਂ ਰੋਸ ਵੀ ਆ। ਅਤੇ ਅਸੀਂ ਤਾਂ ਕੇਂਦਰ ਦੀ ਸਰਕਾਰ ਨੂੰ ਵੀ ਚਾਹਵਾਂਗੇ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਕੰਗਨਾ ਵੱਲੋਂ ਕੀਤੇ ਗਏ ਜਿਹੜੇ ਰੋਲ ਨੇ ਜਾਂ ਕੰਗਨਾ ਵੱਲੋਂ ਕੀਤੀ ਗਈ ਸ਼ਬਦਾਵਲੀ ਆ ਜਿਹਦੇ ਨਾਲ ਸਿੱਖਾਂ ਦੇ ਮਨ 'ਚ ਭਾਰੀ ਰੋਸ ਆ, ਉਸ ਦੀ